ਔਰ ਚੰਦ ਸਰਪੰਚ ਦੇਵਨਗਰ ਤੋਂ ਸਵੇਰੇ ਸਵੇਰੇ 5:30 ਵਜੇ ਮੈਨੂੰ ਫੋਨ ਆਇਆ ਕਿ ਸਾਡਾ ਮੁੰਡਾ ਕੰਮ ਕਰਦਾ ਟੈਂਟ ਹਾਊਸ ਦਾ ਉਹ ਆਪਣਾ ਸਮਾਨ ਲੈ ਕੇ ਵਾਪਸ ਆ ਰਿਹਾ ਜੀ ਤੇ ਸਾਡੇ ਮੁਹੱਲੇ ਦੇ ਸਾਹਮਣੇ ਬਿਲਕੁਲ ਹੀ ਮੇਨ ਰੋਡ ਹੈ ਮੇਨ ਰੋਡ ਤੇ ਉਹ ਮੂਹਰੇ ਸਾਹਮਣੇ ਗੱਡੀ ਦੇ ਮੂਹਰੇ ਆ ਗਿਆ ਔਰ ਉਹਨੇ ਹੌਰਨ ਮਾਰਿਆ ਤੇ ਜਦੇ ਹੀ ਉਹ ਆਪਣਾ ਫੋਨ ਕੱਢਣ ਲੱਗਿਆ ਵੀ ਮੈਂ ਫੋਟੋ ਖਿੱਚ ਲੈਣਾ ਉਨੀ ਦੇਰ ਨੂੰ ਹੀ 7.5 ਫੁੱਟ 8 ਫੁੱਟ ਦੀ ਕੰਧ ਹੈ ਉਹ ਜੰਪ ਮਾਰ ਕੇ ਨਿਕਲ ਗਿਆ ਉਸ ਤੋਂ ਬਾਅਦ ਮੈਂ ਲੌਸਮੈਂਟ ਕੀਤੀ ਲੌਸਮੈਂਟ ਕਰਕੇ ਲੋਕਾਂ ਨੂੰ ਅਗਾਹ ਕੀਤਾ ਤਾਂ ਕਿ ਆਪਣੇ ਬੱਚਿਆਂ ਬੁੱਚਿਆਂ ਨੂੰ ਹਲੇ ਹਨੇਰਾ ਆ ਸਵੇਰੇ ਕਿ ਤੁਸੀਂ ਬੱਚਿਆਂ ਨੂੰ ਤੇ ਆਪਣਾ ਖਿਆਲ ਰੱਖੋ ਕਲੋਨੀ ਕਿਹੜੀ ਹੈ ਪਾਸੇ ਮੈਂ ਦੇਵਨਗਰ ਤੋਂ ਜੀ ਤੇ ਦੇਵਨਗਰ ਤੋਂ ਤਾਂ ਮੈਂ ਫਿਰ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਂ ਵਨ ਵਿਭਾਗ ਵਾਲਿਆਂ ਦਾ ਨੰਬਰ ਲਿਆ ਸਰ ਥਾਣੇ ਤੋਂ ਅਤੇ ਉਹਨਾਂ ਨੂੰ ਫੋਨ ਕੀਤਾ ਉਹਨਾਂ ਦਾ ਫੋਨ ਵੀ ਆ ਗਿਆ ਉਸ ਤੋਂ ਬਾਅਦ ਅੱਜ ਦੁਪਹਿਰੇ ਉਹਨਾਂ ਦੀ ਟੀਮ ਆਈ ਸੀ ਛਾਣਬੀਨ ਕਰਕੇ ਗਈ ਆ ਉਹ ਇੱਥੇ ਸਾਡੇ ਮੁਹੱਲੇ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਔਰ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਵੀ ਕਰਦੇ ਹਾਂ ਕਿ ਜਿਹੜੇ ਇੱਥੇ ਮਤਲਬ ਇਹ ਤੇਂਦੂਆ ਘੁੰਮ ਰਿਹਾ ਇਹਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਤਾਂ ਕਿ ਸਾਡੇ ਬੱਚਿਆਂ ਦਾ ਔਰ ਜਿਹਦਾ ਭਵਿੱਖ ਦਾ ਜਿਹੜਾ ਉਹ ਲੋਕਾਂ ਦਾ ਜਾਨ ਮਾਲ ਦੀ ਰਾਖੀ ਦਾ ਜਿਹੜਾ ਉਹ ਕੀਤਾ ਜਾਵੇ ਆ ਤੁਹਾਡੇ ਸਾਹਮਣੇ ਜਿਹੜੇ ਨਿਸ਼ਾਨ ਆ ਪੈਰਾਂ ਦੇ ਉਹ ਦਿਖਾਏ ਆ ਔਰ ਜਿੱਥੋਂ ਇਹ ਕੰਧ ਕ੍ਰੋਸ ਕੀਤੀ ਆ ਉੱਥੇ ਵੀ ਕਿਉਂਕਿ ਤਾਜ਼ੇ ਕੱਲ੍ਹ ਅੱਗ ਲਾਈ ਸੀ ਹੋਰੇ ਘਾਹ ਦੇ ਵਿੱਚ ਨੂੰ ਉਹਦੇ 'ਤੇ ਕਾਲੇ ਨਿਸ਼ਾਨ ਲੱਗੇ ਸੀ ਉਹ ਕੰਧ ਟੱਪ ਕੇ ਜਦੋਂ ਗਿਆ ਉਹਦੇ ਨਿਸ਼ਾਨ ਕੰਧ 'ਤੇ ਵੀ ਲੱਗੇ ਆ ਉਹ ਕ੍ਰੋਸ ਕਰ ਗਿਆ ਫਾਰਮ ਹਾਊਸ ਇਹ ਨਹੀਂ ਪਤਾ ਅੱਗੇ ਕਿੱਥੇ ਗਿਆ ਕਿੱਥੇ ਨਹੀਂ ਆ ਹੋ ਸਕਦਾ ਕਿੱਥੇ ਝਾੜੀਆਂ ਕਿਉਂਕਿ 4-5 ਇੱਥੇ ਫਾਰਮ ਹਾਊਸ ਜਿਹੜੇ ਵੱਡੇ ਵੱਡੇ ਆ ਕਿਤੇ ਲੁਕਿਆ ਨਾ ਹੋਵੇ ਪਰ ਫਿਰ ਵੀ ਅਸੀਂ ਕੰਧਾਂ 'ਤੇ ਚੜ੍ਹ ਚੜ੍ਹ ਕੇ 5-7 ਬੰਦਿਆਂ ਨੇ ਡੰਡੇ ਲੈ ਕੇ ਛਾਣਬੀਣ ਕੀਤੀ ਸਾਨੂੰ ਕਿਤੇ ਨਜ਼ਰ ਨਹੀਂ ਆਇਆ ਹੋ ਸਕਦਾ ਅੱਗੇ ਪਿੱਛੇ ਕਿਤੇ ਛੁਪਿਆ ਹੋਵੇ ਉਹ ਰਾਤ ਉਹ ਅਟੈਕ ਕਰ ਸਕਦਾ ਹੈ ਇਸ ਕਰਕੇ ਪ੍ਰਸ਼ਾਸਨ ਤੋਂ ਮੰਗ ਹੈ ਸਾਡੀ ਕਿ ਜਲਦੀ ਜਲਦੀ 'ਤੇ ਨਿਗਾਹ ਰੱਖੀ ਜਾਵੇ ਰੈਸਟ ਕੀਤਾ ਜਾਵੇ ਤਾਂ ਕਿ ਸਾਡੇ ਜਿਹੜਾ ਇੱਥੇ ਮਾਹੌਲ ਦਹਿਸ਼ਤ ਦਾ ਮਾਹੌਲ ਬਣਿਆ ਉਹ ਠੀਕ ਹੋ ਸਕੇ ਔਰ ਚੰਦ ਸਰਪੰਚ ਦੇਵਨਗਰ ਤੋਂ ਸਵੇਰੇ ਸਵੇਰੇ 5:30 ਵਜੇ ਮੈਨੂੰ ਫੋਨ ਆਇਆ ਕਿ ਸਾਡਾ ਮੁੰਡਾ ਕੰਮ ਕਰਦਾ ਟੈਂਟ ਹਾਊਸ ਦਾ ਉਹ ਆਪਣਾ ਸਮਾਨ ਲੈ ਕੇ ਵਾਪਸ ਆ ਰਿਹਾ ਜੀ ਅਤੇ ਸਾਡੇ ਮੁਹੱਲੇ ਦੇ ਸਾਹਮਣੇ ਬਿਲਕੁਲ ਹੀ ਮੇਨ ਰੋਡ ਹੈ ਮੇਨ ਰੋਡ 'ਤੇ ਉਹ ਮੂਹਰੇ ਸਾਹਮਣੇ ਗੱਡੀ ਦੇ ਮੂਹਰੇ ਆ ਗਿਆ ਔਰ ਉਹਨੇ ਹੌਰਨ ਮਾਰਿਆ ਅਤੇ ਜਦੇ ਹੀ ਉਹ ਆਪਣਾ ਫੋਨ ਕੱਢਣ ਲੱਗਿਆ ਵੀ ਮੈਂ ਫੋਟੋ ਖਿੱਚ ਲੈਣਾ ਉਨੀ ਦੇਰ ਨੂੰ ਹੀ 7.5 ਫੁੱਟ 8 ਫੁੱਟ ਦੀ ਕੰਧ ਹੈ ਉਹ ਜੰਪ ਮਾਰ ਕੇ ਨਿਕਲ ਗਿਆ ਉਸ ਤੋਂ ਬਾਅਦ ਮੈਂ ਲੌਸਮੈਂਟ ਕੀਤੀ ਲੌਸਮੈਂਟ ਕਰਕੇ ਲੋਕਾਂ ਨੂੰ ਅਗਾਹ ਕੀਤਾ ਤਾਂ ਕਿ ਆਪਣੇ ਬੱਚਿਆਂ ਬੁੱਚਿਆਂ ਨੂੰ ਹਲੇ ਹਨੇਰਾ ਆ ਸਵੇਰੇ ਕਿ ਤੁਸੀਂ ਬੱਚਿਆਂ ਨੂੰ ਤੇ ਆਪਣਾ ਖਿਆਲ ਰੱਖੋ ਕਲੋਨੀ ਕਿਹੜੀ ਹੈ ਪਾਸੇ ਮੈਂ ਦੇਵਨਗਰ ਤੋਂ ਜੀ ਅਤੇ ਦੇਵਨਗਰ ਤੋਂ ਤਾਂ ਮੈਂ ਫਿਰ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਂ ਵਨ ਵਿਭਾਗ ਵਾਲਿਆਂ ਦਾ ਨੰਬਰ ਲਿਆ ਸਰ ਥਾਣੇ ਤੋਂ ਅਤੇ ਉਹਨਾਂ ਨੂੰ ਫੋਨ ਕੀਤਾ ਉਹਨਾਂ ਦਾ ਫੋਨ ਵੀ ਆ ਗਿਆ ਉਸ ਤੋਂ ਬਾਅਦ ਅੱਜ ਦੁਪਹਿਰੇ ਉਹਨਾਂ ਦੀ ਟੀਮ ਆਈ ਸੀ ਛਾਣਬੀਨ ਕਰਕੇ ਗਈ ਆ ਉਹ ਇੱਥੇ ਸਾਡੇ ਮੁਹੱਲੇ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਔਰ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਵੀ ਕਰਦੇ ਹਾਂ ਕਿ ਜਿਹੜੇ ਇੱਥੇ ਮਤਲਬ ਇਹ ਤੇਂਦੂਆ ਘੁੰਮ ਰਿਹਾ ਇਹਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਤਾਂ ਕਿ ਸਾਡੇ ਬੱਚਿਆਂ ਦਾ ਔਰ ਜਿਹਦਾ ਭਵਿੱਖ ਦਾ ਜਿਹੜਾ ਉਹ ਲੋਕਾਂ ਦਾ ਜਾਨ ਮਾਲ ਦੀ ਰਾਖੀ ਦਾ ਜਿਹੜਾ ਉਹ ਕੀਤਾ ਜਾਵੇ ਆ ਤੁਹਾਡੇ ਸਾਹਮਣੇ ਜਿਹੜੇ ਨਿਸ਼ਾਨ ਆ ਪੈਰਾਂ ਦੇ ਉਹ ਦਿਖਾਏ ਆ ਔਰ ਜਿੱਥੋਂ ਇਹ ਕੰਧ ਕ੍ਰੋਸ ਕੀਤੀ ਆ ਉੱਥੇ ਵੀ ਕਿਉਂਕਿ ਤਾਜ਼ੇ ਕੱਲ੍ਹ ਅੱਗ ਲਾਈ ਸੀ ਹੋਰੇ ਘਾਹ ਦੇ ਵਿੱਚ ਨੂੰ ਉਹਦੇ 'ਤੇ ਕਾਲੇ ਨਿਸ਼ਾਨ ਲੱਗੇ ਸੀ ਉਹ ਕੰਧ ਟੱਪ ਕੇ ਜਦੋਂ ਗਿਆ ਉਹਦੇ ਨਿਸ਼ਾਨ ਕੰਧ 'ਤੇ ਵੀ ਲੱਗੇ ਆ ਉਹ ਕ੍ਰੋਸ ਕਰ ਗਿਆ ਫਾਰਮ ਹਾਊਸ ਇਹ ਨਹੀਂ ਪਤਾ ਅੱਗੇ ਕਿੱਥੇ ਗਿਆ ਕਿੱਥੇ ਨਹੀਂ ਆ ਹੋ ਸਕਦਾ ਕਿੱਥੇ ਝਾੜੀਆਂ ਕਿਉਂਕਿ 4-5 ਇੱਥੇ ਫਾਰਮ ਹਾਊਸ ਜਿਹੜੇ ਵੱਡੇ ਵੱਡੇ ਆ ਕਿਤੇ ਲੁਕਿਆ ਨਾ ਹੋਵੇ ਪਰ ਫਿਰ ਵੀ ਅਸੀਂ ਕੰਧਾਂ 'ਤੇ ਚੜ੍ਹ ਚੜ੍ਹ ਕੇ 5-7 ਬੰਦਿਆਂ ਨੇ ਡੰਡੇ ਲੈ ਕੇ ਛਾਣਬੀਣ ਕੀਤੀ ਸਾਨੂੰ ਕਿਤੇ ਨਜ਼ਰ ਨਹੀਂ ਆਇਆ ਹੋ ਸਕਦਾ ਅੱਗੇ ਪਿੱਛੇ ਕਿਤੇ ਛੁਪਿਆ ਹੋਵੇ ਉਹ ਰਾਤ ਉਹ ਅਟੈਕ ਕਰ ਸਕਦਾ ਹੈ ਇਸ ਕਰਕੇ ਪ੍ਰਸ਼ਾਸਨ ਤੋਂ ਮੰਗ ਹੈ ਸਾਡੀ ਕਿ ਜਲਦੀ ਤੋਂ ਜਲਦੀ 'ਤੇ ਨਿਗਾਹ ਰੱਖੀ ਜਾਵੇ ਰੈਸਟ ਕੀਤਾ ਜਾਵੇ ਤਾਂ ਕਿ ਸਾਡੇ ਜਿਹੜਾ ਇੱਥੇ ਮਾਹੌਲ ਦਹਿਸ਼ਤ ਦਾ ਮਾਹੌਲ ਬਣਿਆ ਉਹ ਠੀਕ ਹੋ ਸਕੇ